ਜੈ ਸ਼ੰਕਰ ਜੈ ਨਾਗ ਦੇਵਤਾ। ਜਿਸ ਤਰ੍ਹਾਂ ਤੁਸੀਂ ਇਹ ਪੈਰ ਵੇਖ ਰਹੇ ਜੇ, ਇਸ ਚੀਜ਼ ਨੂੰ ਅਸੀਂ ਕੱਖ ਵਗੈਰਾ ਕਹਿ ਦਿੰਦੇ ਹਾਂ। ਅਤੇ ਆਹ ਮਾੜੀ ਹੁਣ ਮੇਰੇ ਫੇਸ ਵੱਲ ਪੂਰੀ ਆਏ ਨੰਬਰ ਚੱਲਣੇ। ਜਿਸ ਤਰ੍ਹਾਂ ਮੈਨੂੰ ਕਈ ਲੋਕ ਕਹਿੰਦੇ ਆ ਭਾਅ ਜੀ ਅਸੀਂ ਨਿੰਮ ਦੇ ਪਾਣੀ ਨਾਲ ਪੈਰ ਧੋਂਦੇ ਹਾਂ, ਮੈਂ ਇਹੋ ਦੱਸਣਾ ਚਾਹੁੰਦਾ ਅੱਜ ਬੱਚੇ ਦੇ ਥਰੂ, ਨਿੰਮ ਦੇ ਪਾਣੀ ਦਾ, ਨਿੰਮ ਦਾ ਨੁਕਸਾਨ ਵੀ ਆ ਅਤੇ ਫਾਇਦਾ ਵੀ ਆ। ਨੁਕਸਾਨ ਨਿੰਮ ਦੇ ਚੀਜ਼ ਦਾ ਫਾਇਦਾ ਇਹ ਆ ਕਿ ਜਿਹੜਾ ਜ਼ਖਮ ਕੱਚਾ ਹੈ, ਜਿਹੜੇ ਜ਼ਖਮ ਦੇ ਵਿੱਚੋਂ ਰੇਸ਼ਾ ਵਗੈਰਾ ਨਾ ਨਿਕਲਦਾ ਹੈ, ਉਸ ਚੀਜ਼ 'ਤੇ ਨਿੰਮ ਦਾ ਫਾਇਦਾ ਵਾ। ਜਿਸ ਤਰ੍ਹਾਂ ਆਹ ਬੱਚੇ ਦਾ ਪੈਰ ਵਾ ਇਸ ਟਾਈਮ ਸਾਰਾ, ਮਤਲਬ ਆਹ ਚੀਜ਼ ਜਿਹੜੀ ਤੁਸੀਂ ਦੇਖ ਰਹੇ ਜੇ ਆ ਗਲੀ ਹੋਈ ਆ, ਜਦੋਂ ਵੀ ਤੁਸੀਂ ਨਿੰਮ ਦੇ ਪਾਣੀ ਦੇ ਨਾਲ ਇਹ ਚੀਜ਼ ਧੋਣੀ ਆ, ਆਹ ਬੱਚੇ ਦੀ ਪੂਰੀ ਲੱਤ ਜਿਹੜੀ ਆ ਗਲਣੀ ਸ਼ੁਰੂ ਹੋ ਜਾਣੀ ਆ। ਇਸ ਕਰਕੇ ਮੈਂ ਆਪਣੇ ਸਾਰਿਆਂ ਸੱਜਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਨਿੰਮ ਦਾ ਪਾਣੀ ਦਾ ਇੱਕ ਤਰੀਕਾ ਵਾ, ਨਿੰਮ ਦਾ ਪਾਣੀ ਜਦੋਂ ਅਸੀਂ ਵਰਤਣਾ ਵਾ ਉਸ ਚੀਜ਼ ਦਾ ਨੁਕਸਾਨ ਵੀ ਆ ਅਤੇ ਫਾਇਦਾ ਵੀ ਆ। ਦੇਖੋ ਸਾਡੇ ਹੱਥ 'ਤੇ ਕੋਈ ਛੋਟੀ ਜਿਹੀ ਫਿੰਸੀ ਹੋ ਜਾਂਦੀ ਆ, ਆਪਾਂ ਉਸ ਚੀਜ਼ ਨੂੰ ਨਹਾਉਂਦੇ ਹਾਂ ਤਾਂ ਉਹ ਵਧਾਣ ਵੱਧ ਜਾਂਦਾ ਵਾ। ਅਤੇ ਆਹ ਦੇਖੋ ਜ਼ਖਮ ਕਿੱਡਾ ਵੱਡਾ ਵਾ, ਅਤੇ ਜਦੋਂ ਤੁਸੀਂ ਇਹਨੂੰ ਨਿੰਮ ਦੇ ਪਾਣੀ ਦੇ ਨਾਲ ਧੋਵੋਗੇ ਇਹ ਜ਼ਖਮ ਨੇ ਵਧਣਾ ਹੀ ਵਧਣਾ ਵਾ। ਕਿਸੇ ਦੀ ਸਲਾਹ ਲੈ ਕੇ ਨਿੰਮ ਦੇ ਪਾਣੀ ਨਾਲ ਬਿਲਕੁਲ ਇਹ ਚੀਜ਼ ਨਹੀਂ ਧੋਣੀ। ਜੇ ਜ਼ਖਮ ਕੱਚਾ ਵਾ, ਦੇਖਿਆ ਵੀ ਇਹਦੇ 'ਚੋਂ ਰੇਸ਼ਾ ਨਹੀਂ ਨਿਕਲਦਾ, ਬੜਾ ਹਾਟ ਵਾ, ਵੀ 2-3 ਦਿਨ ਲੱਗਣੇ ਆ, ਫਿਰ ਉਹ ਤਵੇ ਦੇ ਨਿੰਮ ਸਾੜ ਕੇ ਘਿਓ 'ਚ ਦੇਸੀ 'ਚ ਥੋੜ੍ਹੀ ਜਿਹੀ ਜਾਂ ਰੇਡ ਦੇ ਪੱਤੇ ਸਾੜ ਕੇ ਜਾਂ ਗੋਹਾ ਸਾੜ ਕੇ ਬੰਨ ਲਈਦਾ, ਉਸ ਚੀਜ਼ ਦਾ ਫਾਇਦਾ ਵਾ। ਪਰ ਜਿਹੜਾ ਇਸ ਤਰੀਕੇ ਨਾਲ ਜ਼ਖਮ ਗਲ ਜਾਂਦਾ ਵਾ, ਉਸ ਤਰੀਕੇ ਨੂੰ ਉਸ ਜਿਹੜਾ ਇਸ ਤਰ੍ਹਾਂ ਜ਼ਖਮ ਗਲ ਜਾਂਦਾ ਵਾ, ਤੁਸੀਂ ਕੋਈ ਤੁਹਾਨੂੰ ਪਿੰਡ ਦੀ ਕੋਈ ਜਨਾਨੀ ਕਹਿ ਦੇ ਕਿ ਇਹਨੂੰ ਨਿੰਮ ਦੇ ਪਾਣੀ ਨਾਲ ਧੋਈ ਜਾਓ ਧੋਈ ਜਾਓ, ਇਸ ਚੀਜ਼ ਦਾ ਜਿਹੜਾ ਵਧਾਣ ਵਾ ਉਹ ਵਧਣਾ ਸ਼ੁਰੂ ਹੋ ਜਾਣਾ ਵਾ। ਇਹੋ ਜਿਹੇ ਜ਼ਖਮ ਦੇ ਉੱਤੇ ਜਿਹੜਾ ਜ਼ਖਮ ਗਲ ਜਾਂਦਾ ਵਾ ਉਹਦੇ 'ਤੇ ਜ਼ਿੰਦਗੀ ਦੇ ਵਿੱਚ ਕਦੀ ਨਿੰਮ ਦਾ ਪਾਣੀ ਨਹੀਂ ਪਾਉਣਾ। ਮੇਰਾ ਵੀਡੀਓ ਬਣਾ ਕੇ ਪਾਉਣ ਦਾ ਫਾਇਦਾ ਇਹ ਹੁੰਦਾ ਕਿ ਜ਼ਿੰਦਗੀ 'ਚ ਭਲਾ ਹੋ ਜਾਏ। ਮੇਰਾ ਇੱਕ ਯੂਟਿਊਬ 'ਤੇ ਚੈਨਲ ਆ ਨਾਥ ਕੇ ਬਾਈ, ਮੇਰੀਆਂ ਕਾਫੀ ਵੀਡੀਓ ਸੱਪ ਫੜਦੇ ਦੀਆਂ ਸ਼ੋਅ ਹੋ ਜਾਣਗੀਆਂ, ਜੋੜਾ ਜੋੜਾ 8-8, 10-10 ਫੁੱਟ ਲੰਬੇ ਅਸੀਂ ਸੱਪ ਫੜਦੇ। ਅਸੀਂ ਇਹ ਆਉਂਦੇ ਹਾਂ ਵੀ ਜ਼ਿੰਦਗੀ 'ਚ ਕਿਸੇ ਦਾ ਨੁਕਸਾਨ ਨਾ ਹੋਏ। ਮੇਰਾ ਚੈਨਲ ਲਾਈਕ ਸ਼ੇਅਰ ਅਤੇ ਸੈਂਡ ਕਰਿਓ। ਮੈਂ ਸੱਪ ਕੱਟੇ ਦੀਆਂ, ਦੇਸੀ ਦਵਾਈਆਂ, ਕਾਫੀ ਚੀਜ਼ਾਂ ਦੀ ਉਹਦੇ ਉੱਤੇ ਮਤਲਬ ਲੋਕਾਂ ਨੂੰ ਜਾਣਕਾਰੀ ਦਿੰਦਾ ਰਹਿੰਦਾ ਵਾਂ, ਇਹੋ ਜਿਹੇ ਜ਼ਖਮਾਂ ਦੀ, ਕਿਸੇ ਦਾ ਟਾਈਫਾਇਡ ਨਾ ਠੀਕ ਹੋਏ, ਮੈਂ ਉਸ ਚੀਜ਼ਾਂ ਦੀਆਂ, ਕਿਸੇ ਦੇ ਦੰਦਦਾਰ ਦਰਦ ਹੋਏ ਵੀਡੀਓ ਮਤਲਬ ਕਲਿੱਪ ਬਣਾ ਕੇ ਉਹ ਦਵਾਈ ਬਣਾਉਣੀ ਸਿਖਾਉਂਦਾ ਵਾਂ ਅਤੇ ਜ਼ਿੰਦਗੀ 'ਚ ਕਿਸੇ ਦਾ ਭਲਾ ਹੋ ਜਾਏ। ਅਤੇ ਜਿਹੜਾ ਇਹੋ ਜਿਹਾ ਜ਼ਖਮ ਹੁੰਦਾ ਵਾ ਹੱਥ ਜੋੜ ਕੇ ਸਾਰਿਆਂ ਸੱਜਣਾਂ ਨੂੰ ਬੇਨਤੀ ਆ ਕਿ ਇਸ ਤਰੀਕੇ ਦੇ ਨਾਲ ਜਦੋਂ ਨਿੰਮ ਦਾ ਪਾਣੀ ਪਾਓਗੇ ਇਹ ਚੀਜ਼ ਪੂਰੀ ਗਲ ਜਾਣੀ ਆ, ਅਤੇ ਇਸ ਚੀਜ਼ ਦਾ ਕੰਟਰੋਲ ਰੱਖਣਾ ਇਹ 'ਤੇ, ਨਿੰਮ ਦਾ ਪਾਣੀ ਨਹੀਂ ਪਾਉਣਾ। ਰੇਤ ਕੱਪੜੇ 'ਚ ਬੰਨ ਕੇ ਉਹਦੀ ਟਕੋਰ ਦਿਓਗੇ ਤਾਂ ਬੈਨੀਫਿਟ ਮਿਲੂਗਾ। ਨਿੰਮ ਦਾ ਨੁਕਸਾਨ ਵੀ ਆ ਅਤੇ ਨਿੰਮ ਦਾ ਫਾਇਦਾ ਵੀ ਆ। ਜੈ ਸ਼ੰਕਰ, ਜੈ ਨਾਗ ਦੇਵਤਾ। ਮਹਾਰਾਜ ਜੀ ਛੁੱਟੀ।